ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਜੀ ਤੁਹਾਡਾ ਸਾਰਿਆਂ ਦਾ ਚਲੋ ਵਧੀਆ ਹੋਣਾ ਵਧੀਆ ਹੀ ਰੱਖੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਨਿਸਚਿਤ ਨਾ ਕੈਮ ਰੱਖੇ ਦੀ ਲਓ ਜੀ ਅੱਜ ਅਸੀਂ ਤਕਰੀਬਨ ਟਾਈਮ ਤਾਂ ਸਾਡੇ ਕੋਲ ਸੀਗਾ ਸੀ ਡੇਕ ਡਾਲਾ ਟਾਈਮ ਤੇ ਸੀਗਾ ਸਾਡੇ ਕੋਲ ਪਰ ਥੋੜੀ ਜੀਆਂ ਵਿੱਚ ਅੜਚਣ ਆ ਗਈਆਂ ਜਿੱਦਾਂ ਮੇਰਾ ਪਾਣ ਜ ਆ ਉਹ ਬਿਮਾਰ ਸੀ ਇਸ ਕਰਕੇ ਮੇਰਾ ਟਾਈਮ ਨਹੀਂ ਲੱਗਾ ਕੋਈ ਵੀ ਰਿਕਾਰਡਿੰਗ ਕਰਨ ਨੂੰ ਜਾਂ ਕੁਝ ਕਰਨ ਨੂੰ ਤੇ ਬਾਕੀ ਸਾਡੀ ਮੰਮੀ ਜੀ ਦੀ ਟੈਬਲੇਟ ਹੋ ਗਈ ਸੀ ਖਰਾਬ ਤੇ ਉਹਨੂੰ ਮੈਂ ਕਰਦਾ ਇਹ ਸੈੱਟ ਤੇ ਉਹਦੇ ਵਿੱਚ ਟਾਈਮ ਮੇਰਾ ਗਿਆ ਨਿਕਲ ਤੇ ਰਹਿੰਦੀ ਗੱਲ ਇਹ ਆ ਜੀ ਬਾਕੀ ਬਾਈ ਚਾਂਸ ਇਟਾਲੀਅਨ ਥਿਉਰੀਆਂ ਦੀ ਪਤੰਤ ਤੇ ਆਪਣਾ ਪਤੰਤ ਤੇ ਵੀ ਦਾ ਤੇ ਇੱਕ ਸਾਡੇ ਬਾਈ ਨੇ ਮੈਨੂੰ ਪਤੰਤ ਦੀ ਜੀ ਦੀਆਂ ਫੋਟੋਆਂ ਖਿੱਚ ਕੇ ਭੇਜੀਆਂ ਸੀ ਥੋਰੀ ਦੀਆਂ ਉਹ ਵੀ ਮੈਂ ਆਉਣ ਦੇ ਦਿਨਾਂ ਵਿੱਚ ਅਪਲੋਡ ਕਰੂੰਗਾ ਅਗਰ ਤੁਹਾਨੂੰ ਕਿਸੇ ਨੂੰ ਪਤੰਤ ਦੀ ਜੀ ਦੀ ਥਿਉਰੀ ਵੀ ਚਾਹੀਦੀ ਹੋਊਗੀ ਤਾਂ ਆਪਾਂ ਰਹਿ ਮੁਕੀ ਨੇ ਉਹ ਵੀ ਕਰਾ ਦੇਣੀ ਆ ਜੀ ਬਾਕੀ ਅੱਜ ਦਾ ਦੇਖਦੇ ਆ ਜਿੱਦਾਂ ਤੁਹਾਨੂੰ ਕੱਲ ਆਪਾਂ ਦੱਸਿਆ ਸੀ ਇਦਾਲਿਆਂ ਦੀ ਇਹ ਪਾਉ ਪਾਉਲਾ ਮਰੀਆ ਜੰਗਰਾਂਦੇ ਵਾਲਿਆਂ ਨੇ ਪਾਈ ਆ ਇਹ ਹੈਗਾ ਜੀ ਅੱਜ ਦਾ ਭਾਗ ਇਤਾਲੀਅਨੋ ਦੀ ਬਾਜ਼ੇ ਪਰ ਪ੍ਰੋਮੈਸੋ ਦਿ ਸੋਜੋਰਨ ਇਹ ਆਪਣੇ ਜਿਹੜਾ ਕਾਰਤਾ ਦੀ ਸੋਜੋਰਨ ਲਈ ਟੈਸਟ ਹੁੰਦਾ ਜੀ ਇਹ ਉਹਦੇ ਲਈ ਚੀਜ਼ ਆ ਠੀਕ ਆ ਜੀ ਲੋ ਆਪਾਂ ਹੁਣ ਸ਼ੁਰੂ ਕਰਦੇ ਆ ਉਧਰ ਤੇ ਆਵਾਜ਼ ਮੈਨੂੰ ਇੰਨਾ ਪਤਾ ਪਏ ਬਹੁਤ ਵਧੀਆ ਜਾ ਰਹੀ ਆ ਚੀਨੀ ਵਾਲਾ ਮੈਿਕਾ ਜੇ ਵੱਧ ਘੱਟ ਹੋ ਵੀ ਗਈ ਤਾਂ ਕੋਈ ਗੱਲ ਨਹੀਂ ਹਾਂਜੀ ਦੂਜਾ ਨੰਬਰ ਪੇਜ ਜਿੱਦਾਂ ਕਿ ਮੈਂ ਤੁਹਾਨੂੰ ਕੱਲ ਦੱਸਿਆ ਸੀ ਇਹ ਦੋ ਟੈਸਟ ਹੁੰਦੇ ਆ ਜਿਹੜਾ ਆਪਣਾ ਸਰ ਪ੍ਰੋਫੈਸਰ ਮਾਸਟਰ ਜੋ ਵੀ ਕੋਈ ਹੋਵੇ ਉਹਨੇ ਤੁਹਾਨੂੰ ਬੋਲ ਕੇ ਹੌਲੀ ਹੌਲੀ ਉੱਚਾ ਆਦੇ ਵਿੱਚ ਦੋ ਵਾਰ ਸੁਣਾਣਾ ਵੀ ਮਿੱਤਰੋ ਆਹ ਚੀਜ਼ ਆ ਆਹ ਟੈਸਟ ਆ ਤੁਸੀਂ ਸੁਣ ਲਓ ਧਿਆਨ ਨਾਲ ਇਹ ਪ੍ਰੋਵਾ ਦੀ ਕੰਪਰੈਂਜ਼ੋਨੇ ਓਰਾਲੇ ਪੀਜੀ ਜਿਹੜਾ ਆਪਣਾ ਟੈਸਟ ਆ ਇਹ ਬੋਲ ਕੇ ਦੱਸਣਾ ਤੁਹਾਨੂੰ ਬੋਲ ਬੋਲੀ ਹੋਈ ਭਾਸ਼ਾ ਸਮਝ ਆਂਦੀ ਹੈ ਕਿ ਨਹੀਂ ਇਲ ਟੈਂਪੋ ਆ ਮਿਲਾਨੋ ਟੈਂਪੋ ਆ ਮਿਲਾਨੋ ਜਾਨੀ ਕਿ ਆਪਣਾ ਮਿਲਾਨ ਦੇ ਵਿੱਚ ਮੌਸਮ ਕਿਦਾਂ ਦਾ ਹਾਂਜੀ ਆਪਾਂ ਬਹੁਤ ਟਾਈਮ ਤੋਂ ਮੀਟਿਓ ਵਾਰੇ ਪ੍ਰੋਗਰਾਮ ਬਣਾਉਣ ਦੀ ਮੈਂ ਸੋਚਦਾ ਸੀ ਆਪਣਾ ਐਪੀਸੋਡ ਪਰ ਟਾਈਮ ਨਹੀਂ ਲੱਗਾ ਕਿਉਂਕਿ ਡਾਇਲੋਗ ਵੀ ਸੋਚਣੇ ਹੁੰਦੇ ਸਾਰੀਆਂ ਗੱਲਾਂ ਸੋਚਣੀਆਂ ਹੁੰਦੀਆਂ ਅਸੀਂ ਕਿਹੜਾ ਸਕ੍ਰੀਨ ਰਾਈਟਰ ਆ ਅੱਛਾ ਜੀ ਲਓ ਜੀ ਆਪਾਂ ਸ਼ੁਰੂ ਕਰਦੇ ਹਾਂ ਜ਼ਿਆਦਾ ਗੱਲਾਂ ਵਾਲੇ ਦੋਲੇ ਜਿਹਾ ਨਾ ਕਰਦੇ ਹੋਏ ਅੱਜ ਹੀ ਐ ਪ੍ਰਵਿਸਟੋ ਬਰੂਤੋ ਟੈਂਪੋ ਸੂ ਤੂਟੋ ਇਲ ਨੋਰਡ ਇਟਾਲੀਆ ਪੈਲਾ ਮੈਂ ਤੁਹਾਨੂੰ ਤੇਜ਼ ਬੋਲ ਕੇ ਫਿਰ ਮੈਂ ਤੁਹਾਨੂੰ ਹੌਲੀ ਬੋਲ ਕੇ ਦੱਸਦਾ ਅੱਜ ਅੱਜ ਐ ਪ੍ਰਵਿਸਟੋ ਇਹ ਦੱਸਿਆ ਗਿਆ ਪ੍ਰਵਿਦੇਰੇ ਹੁੰਦਾ ਫਿਊਚਰ ਬਾਅਦ ਦੱਸਣਾ ਬਰੂਤੋ ਟੈਂਪੋ ਮੌਸਮ ਖਰਾਬ ਸੂ ਤੂਟੋ ਸਾਰੇ ਇਲ ਨੋਰਡ ਇਟਾਲੀਆ ਉੱਤਰੀ ਖੇਤਰ ਇਟਲੀ ਦੇ ਵਿੱਚ ਉੱਤਰੀ ਭਾਗ ਇਟਲੀ ਦੇ ਵਿੱਚ ਬਾਕੀ ਮੇਰੀ ਪੰਜਾਬੀ ਹਿੰਦੀ ਥੋੜੀ ਜਿਹੀ ਮਿਕਸ ਹੋ ਜਾਣੀ ਕਿਉਂਕਿ ਮੈਨੂੰ ਇੰਨੀ ਵੀ ਸ਼ੁੱਧ ਹਿੰਦੀ ਜਾਂ ਸ਼ੁੱਧ ਪੰਜਾਬੀ ਨਹੀਂ ਆਣੀ ਫਿਲਹਾਲ ਜਿੰਨੀ ਆਂਦੀ ਉਨੀ ਬਹੁਤ ਵਧੀਆ ਉਨਾ ਫੋਰਤੇ ਨੇਵਿਕਾਤਾ ਆ ਕੋਲਪੀਟੋ ਲਾ ਚਿਤਾ ਦੀ ਮਿਲਾਨੋ ਬਹੁਤ ਹੀ ਜ਼ਿਆਦਾ ਬਰਫਬਾਰੀ ਨੇ ਮਿਲਾਨ ਉੱਤੇ ਆਪਣਾ ਹਮਲਾ ਤਾਬਾ ਬੋਲਿਆ ਹੈ ਕੁਲ ਪੀਰੇ ਹੁੰਦਾ ਸੱਟ ਮਾਰਨੀ ਇੰਦਾ ਠਾ ਦੇਣੀ ਬੱਜਣਾ ਤੇ ਨੇਵਿਕਾਤਾ ਹੁੰਦਾ ਬਰਫ ਫੋਰਤੇ ਤੇਜ ਤੇਜ ਬਰਫਬਾਰੀ ਹੁੰਦੀ ਆ ਉਨਾ ਫੋਰਤੇ ਨੇਵਿਕਾਤਾ ਚਿਤਾ ਦੀ ਮਿਲਾਨੋ ਆਪਣੀ ਮਿਲਾਨ ਦੀ ਸਿਟੀ ਸੀ ਕੰਸੀਗਲਿਆ ਪਰਤਾਂਟੋ ਅਗਲੀ ਆਉਟੋਮੋਬਿਲਿਸਟੀ ਦੀ ਨੋਨ ਮੂਵਰਸੀ ਕੋਨ ਲਾ ਪ੍ਰੋਪਰੀਆ ਆਉਟੋਮੋਬਿਲੇ ਅਮੇਨੂ ਕੇ ਨੋਨ ਨੀ ਅਬੀਆਮੋ ਅਬੀਆਨੋ ਐਸਟ੍ਰੇਮ ਓਰਜੇਨਜ਼ਾ ਸਾਰੇ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੇ ਆਪਣੇ ਘਰਾਂ ਚੋਂ ਆਪਣੀਆਂ ਗੱਡੀਆਂ ਲੈ ਕੇ ਨਾ ਨਿਕਲੋ ਜੀ ਜਦ ਤੱਕ ਤੁਹਾਡੀ ਐਨ ਕੋਈ ਸਿਰੀ ਦੀ ਗੱਲ ਨਾ ਹੋਈ ਹੋਵੇ ਜਾਨੀ ਐਮਰਜੈਂਸੀ ਨਾ ਹੋਵੇ ਇਹਦਾ ਹੁਣ ਮੈਂ ਇੱਕ ਵਾਰ ਇਟਾਲੀਅਨ ਚ ਪੜ ਕੇ ਪੰਜਾਬੀ ਚ ਪੜ ਕੇ ਫਿਰ ਤੁਹਾਨੂੰ ਮੈਂ ਹੌਲੀ ਹੌਲੀ ਸਮਝਾਣਾ ਕਿ ਮੈਨੂੰ ਇਦਾਂ ਦੇ ਸੁਝਾਅ ਵੀ ਮਿਲੇ ਨੇ ਬਹੁਤ ਵਧੀਆ ਸੁਝਾਇਆ ਜੀ ਕਿ ਥੋੜਾ ਜਿਹਾ ਹੌਲੀ ਤੇ ਰਿਪੀਟ ਬੋਲਣ ਦੀ ਕੋਸ਼ਿਸ਼ ਕਰਨਾ ਇੱਥੇ ਮੈਨੂੰ ਸੁਝਾਅ ਦਿੰਦੇ ਰਿਹਾ ਕਰੋ ਜੀ ਆਪਾਂ ਨਵੀਆਂ-ਨਵੀਆਂ ਸ਼ੁਰੂ ਕੀਤੀਆਂ ਜੀ ਆਪਣੇ ਜੇ ਸਾਡੀ ਕਹੀ ਗੱਲ ਕਿਸੇ ਤੇ ਪੱਲੇ ਪੈ ਜਾਵੇ ਇਹ ਨਾਲ ਹੋਰ ਵਧੀਆ ਗੱਡੀ ਗੱਲ ਹੈ ਸੀ ਕੌਂਸੀ ਲਿਆ ਸਲਾਹ ਦਿੱਤੇ ਦਿੰਨੇ ਆ ਜੀ ਅਸੀਂ ਪਰ ਤਾਂਤੋ ਆਲੀ ਆਟੋ ਮੋਬਿਲਿਸਟੀ ਆਪਾਂ ਸਲਾਹ ਦਿੰਨੇ ਆ ਜੀ ਜਿਹੜੀਆਂ ਗੱਡੀਆਂ ਚਲਾਉਂਦੇ ਆ ਕੋਈ ਵੀ ਡਰਾਈਵਰ ਗੱਡੀ ਦਾ ਟਰੱਕ ਦਾ ਕਿਸੇ ਦਾ ਵੀ ਡਰਾਈਵਰ ਸਾਈਕਲ ਦਾ ਡਰਾਈਵਰ ਹੋਵੇ ਭਾਵੇਂ di non di non muoversi con la propria auto un po propria honda apna propria car da propria automobile proprio muoversi honda hilna apni gaddi de naal na hille a meno ke jad tak non ne abbio nu estrema estremo honda hath sira yani ke hath oh ni khend hath honda jiddan jadon pani langya sir to to oh wala honda estrema honda urgenza ਜੇ ਜਦੋਂ ਸਿਰ ਤੋਂ ਪਾਣੀ ਟੱਪ ਜਵੇ ਨਾ ਉਦੋਂ ਹੀ ਲੰਘਿਓ ਹੜ ਨਹੀਂ ਜਾਨੀ ਤੁਸੀਂ ਸਮਝਦੇ ਮੈਂ ਕੀ ਕਹਿਣਾ ਚਾਹੁੰਦਾ ਐ ਕਮੁੰਕੂ obbligatorio l'uso di catene o di gomme termici ਪਰ ਫਿਰ ਵੀ obbligatorio ਹੁੰਦਾ ਜੀ ਇਹ ਤੋਂ ਬਗੈਰ ਤੁਸੀਂ ਜਾ ਨਹੀਂ ਸਕਦੇ ਸਮਝ ਲਓ ਪੱਥਰ ਦੀ ਲਕੀਰ ਹੈ ਮੈਂ ਆਪਣੇ ਭਾਜੀ ਨੂੰ ਜਦੋਂ ਦੱਸਦਾ ਸੀ ਪਤੰਤੇ ਬਾਰੇ obbligatorio ਦਾ ਉਹਨਾਂ ਨੂੰ ਮਤਲਬ ਇਹ ਦੱਸਿਆ ਸੀ ਪੱਥਰ ਇਹ ਪੱਥਰ ਦੀ ਲਕੀਰ ਤੇ ਠੀਕ ਹੈ ਜੀ ਇਹਦਾ ਮਤਲਬ ਹੁੰਦਾ ਵੀ ਸਖਤ ਮਨਾਹੀ ਆ ਮੰਨ ਲਓ ਵੀ ਉਹ ਬਲੀਗਤ ਹੋ ਰਿਹਾ ਆ ਤੁਰ ਕੇ ਜਾਣਾ ਹਾਂਜੀ ਤੇ ਤੁਸੀਂ ਉੱਥੇ ਸਾਈਕਲ ਤੇ ਜਾਂਦੇ ਆ ਤੇ ਉੱਥੇ ਸਾਈਕਲ ਤੇ ਜਾਣੀ ਮਨਾਹੀ ਆ ਬਾਕੀ ਹਰ ਚੀਜ਼ਾਂ ਦੀ ਸਿਰਫ ਉਹੀ ਚੀਜ਼ ਦੀ ਪਰਮਿਸ਼ਨ ਆ ਗੋਮੇ ਧਰਮੀ ਕਿ ਹੁੰਦੇ ਆਪਣੇ ਗੋਮੇ ਨੇਵੇ ਵਾਲੇ ਜਿਹੜੇ ਬਰਫ਼ ਵਾਲੇ ਹੁੰਦੇ ਆ ਕਾਂ ਗਾਜੇ ਮੜੀ ਮੜੀ ਹੈਗੀ ਆ ਚਲੋ ਕੋਈ ਨਹੀਂ ਲਿਸਪਾਜ਼ਾ ਨੇਵੇ ਸਪੱਸਾਉਂ ਦਾ ਸਪੱਸਾਰੇ ਹੁੰਦਾ ਜੀ ਸਾਫ ਕਰਨਾ ਇਹ ਨੇਵੇ ਹੁੰਦਾ ਬਰਫ ਬਰਫ ਨੂੰ ਸਾਫ ਕਰਨਾ ਕਾਮਿਉਨਸ ਪਰ ਜੀ ਸਾਰੇ ਜਿਹੜੇ ਦੂਏ ਕਰਦੇ ਆ ਤੇ ਦੇਖਣ ਚ ਜਿਹੜੇ ਲੋਨ ਇਧਰ ਉਧਰ ਸਿੱਟਦੇ ਆ ਇਧਰ ਉਧਰ ਦਾ ਸਿੱਟ ਸਪਾਰਚਰੇ ਹੁੰਦਾ ਖਿਲਾਰਨਾ استان ਨੂੰ ਪਰਕੋਰੈਂਡੋ ਪੇਓ ਤੋਰੇ ਲੈ ਪ੍ਰਿੰციਪਾਲੀ ਸਟ੍ਰਾਡੇ ਜਿਹੜੇ ਮੇਨ ਮੇਨ ਆਪਣੇ ਸ਼ਹਿਰ ਦੀਆਂ ਗਲੀਆਂ ਪੇਰਮੰਤੇ ਨੇਰੇ ਲਿਬਰੇ ਦੱਲਾ ਨੇਵੇ ਇਹ ਇੰਪੀਡਿਟੇ ਕਿ ਸਿ ਫਾਰਮੀਲ ਗਾਜੋ ਪ ਆਪਣੇ ਜਿਹੜੀ ਸਾਫ ਹੋਵੇ ਸੜਕ ਨਾ ਬਰਫ ਜੰਮੇ ਤੇ ਨਾ ਹੀ ਉੱਥੇ ਹੋਈ ਹੋਵੇ ਆਪਣੇ ਕਿਆ ਹੁੰਦਾ ਬਰਫ ਠੀਕ ਹੈ ਜੀ ਨਾਲ ਨਾਲ ਮੈਨੂੰ ਆਪਣੇ ਕੁਝ ਸਹਾਇਕ ਸੁਝਾ ਦੇ ਰਹੇ ਨੇ ਲਾਈਵ ਹੋਣ ਦੀ ਕੋਸ਼ਿਸ਼ ਜ਼ਰੂਰ ਕਰੂੰਗਾ ਜੀ ਕਿਸੇ ਦਿਨ ਮੈਂ ਜਦੋਂ ਟਾਈਮ ਹੋਇਆ ਇਲ ਟ੍ਰਾਫੀਕ ਟ੍ਰਾਫਿਕ ਐ ਫੋਰਟੇਮੈਂਟੇ ਰਾਲੈਂਟਾਟੋ ਬੋਤ ਹੀ ਜਿਆਦਾ ਸਲੋ ਹੋ ਗਈ ਐ ਸੂ ਤੂ ਤੇ ਇਸ ਤਰ੍ਹਾਂ ਦੇ ਸਾਰੀਆਂ ਸੜਕਾਂ ਉੱਤੇ ਇਹ ਆਉਟੋਸਟ੍ਰਾਡੇ ਦੇ ਲਾ ਰੇਜਿਓਨੇ ਲੰਬਾਰਡੀਆ ਸਾਰੀਆਂ ਇਹ ਸੜਕਾਂ ਤੇ ਤੇ ਟੂਲ ਟੈਕਸ ਵਾਲੀਆਂ ਗੱਡੀਆਂ ਜਿਹੜੇ ਆਓ ਛੱਲਿਆ ਮਾਸਮੇ ਖਾਜ ਕਰਕੇ ਤੇ ਆਉਟੋਸਟ੍ਰਾਡੇ ਦੇ ਲਾ ਆਉਟੋਸਟ੍ਰਾਡਾ ਹੁੰਦਾ ਜੀ ਆਪਣਾ ਹਰਾ ਜਿਹਾ ਰੰਗ ਦਾ ਬੋਰਡ ਹੁੰਦਾ ਜਿੱਤੇ ਆਪਾਂ ਪੈਸੇ ਦੇ ਕੇ ਚੜੀਦਾ ਹੁੰਦਾ ਰੇਜੋਨੇ ਹੁੰਦਾ ਆਪਣਾ ਜਿੱਦਾਂ ਪੰਜਾਬ ਰੇਜੋਨੇ ਹਰਿਆਣਾ ਰੇਜੋਨੇ ਇਦਾਂ ਉਹਨੂੰ ਰੇਜੋਨੇ ਕਹਿੰਦੇ ਆ ਲੰਬਰ ਦੀਆ ਆਪਣੇ ਲੰਬਰ ਦੀਆ ਰਜੋਨੇ ਦੇ ਉੱਤੇ ਸੀ ਪ੍ਰੇਵੇਦੇ ਪੀ ਆਸ ਐ ਆਸ ਨਹੀਂ ਜਾਨੀ ਕਿ ਉਹ ਦੱਸਦੇ ਆ ਉਹਨਾਂ ਨੇ ਅਨੁਮਾਨ ਲਗਾਇਆ ਜੋ ਵੀ ਤੁਸੀਂ ਕਹਿ ਸਕਦੇ ਫਿਊਚਰ ਬਾਰੇ ਦੱਸਿਆ ਕੱਲ ਬਾਰੇ ਉਮ ਪੇਜੋਰਨਾਮੇ ਉਨ ਪੇਜੋਰਾਮੇਂਟੋ ਡੇਲਾ ਸਿਟੂਆਜ਼ਿਓਨੇ ਕਲੀਮਾਟਿਕਾ ਪਰ ਲਾ ਜੋਰਨਾਤਾ ਦੀ ਦੋਮਾਨੇ ਕੋਨ ਨੂਵੇ ਐ ਫੋਰਟੀ ਨੇਵਿਕਾਤੇ ਹੁਣ ਇੱਥੇ ਕੀ ਕੀ ਪ੍ਰੇਵੇਦੇ ਹੁੰਦਾ ਮੈਂ ਤੁਹਾਨੂੰ ਦੱਸਿਆ ਅਗਲੇ ਫਿਊਚਰ ਬਾਰੇ ਦੱਸਣਾ ਪੇਜੋਰਾਮੇਂਟੋ ਖਰਾਬ ਡੇਲਾ ਸਿਟੂਆਜ਼ਿਓਨੇ ਸਿਟੂਆਜ਼ਿਓਨੇ ਜਾਨੀ ਸਿਚੁਏਸ਼ਨ ਕਲੀਮਾਟਿਕਾ ਮੌਸਮ ਮੌਸਮ ਦੀ ਸਿਚੁਏਸ਼ਨ ਹੋਰ ਜ਼ਿਆਦਾ ਖਰਾਬ ਹੋਣ ਦੀ ਸੰਕਾ ਹੈ ਪੇਰਲਾ ਜੁਰਨਾਤਾ ਦੀ ਦੋਮਾਨੀ ਜੁਰਨਾਤਾ ਹੁੰਦਾ ਦਿਹਾੜੀ ਦੋਮਾਨੀ ਕੱਲ ਕੱਲ ਦੀ ਦਿਹਾੜੀ ਲਈ ਇਹ ਆਪਣੀ ਜਿਹੜਾ ਮੌਸਮਾ ਹੋਰ ਵੀ ਜ਼ਿਆਦਾ ਖਰਾਬ ਹੋ ਸਕਦਾ ਕੋਨ ਨੂਵੇ ਨਮੀਆਂ ਨੂਵੇ ਹੁੰਦਾ ਨਮੀਆਂ ਇਹ ਫੋਰਤ ਹੀ ਹੁੰਦੇ ਹਨ ਤੇਜ਼ ਨੇਵੀਕਾਰ ਤੇ ਬਰਫ ਵਾਲੀ ਨਮੀ ਤੇ ਤੇਜ਼ ਬਰਫ ਵਾਲੀ ਨਾਲ ਜਿੰਨੀ ਹੁਣ ਹੋ ਗਈ ਆ ਉਹਦੇ ਨਾਲੋਂ ਜ਼ਿਆਦਾ ਤੇਜ਼ ਅਸੋ ਕੋਪੇਰ ਤੱਕ ਦੀ ਦੇਚ ਓਕੇ ਜੀ ਇਹਨੂੰ ਕਰੀਏ ਆਪਾਂ ਥੋੜਾ ਜੱਤ ਨੂੰ ਹਾਂਜੀ che si for bono i due i due aeroporti di milano donne hi airport milan de sono stati chiusi band kar ditte gaye kyunke barf zyada paggi si becharan hun te leke sadegna ne ga e voli sono stati cancellati voli hundiyan udana cancellare hundiyan rad karne a a causa carno del ghiaccio barf ke akopyaat jinne thak liya pichhta del de kollo jithe oh daud ke janda ਤੇ ਕਹਿੰਦੇ ਆ ਜੀ ਪਿੱ ਜਿਹੜੀਆਂ ਆਪਣੀਆਂ ਮਿਲਾਨ ਦੇ ਦੋਨੇ ਏਅਰਪੋਰਟ ਆ ਉਹ ਦੋਹੇ ਏਅਰਪੋਰਟ ਬੰਦ ਕਰ ਦਿੱਤੇ ਗਏ ਆ ਕਿਉਂਕਿ ਬਰਫ ਪੈ ਗਈ ਸੀ ਜ਼ਿਆਦਾ ਤੇ ਵਿਚਾਰਾ ਜਿਹੜਾ ਪਾਇਲਟ ਆ ਉਹ ਤਿਲਕਦਾ ਫਿਰਦਾ ਸੀ ਜਹਾਜ਼ 'ਚ ਚੜਨ ਲੱਗਾ ਤਿਲਕ ਉਹਦੇ ਦੰਦ ਟੁੱਟ ਗਏ ਇਸ ਕਰਕੇ ਉਹਨਾਂ ਨੇ ਕਿਹਾ ਵੀ ਰੱਦ ਕੀਤੀ ਜਾਵੇ ਜੋ ਬੰਦਾ ਤਿਲਕਦਾ ਤਾਂ ਚਾਹਦਾ ਵੀ ਕਿਹੜਾ ਕੋਈ ਅੱਛਾ ਹੋਰ ਜੀ ਇਲ ਪ੍ਰੋਸੀਮੋ ਨੋਟਿਜ਼ੀਆਰੀ ਅਗਲੀਆਂ ਖਬਰਾਂ ਸੁੱਲੇ ਕੋਂਡੀਸ਼ਨੇ ਡੈਲ ਟੈਂਪੋ ਆਪਣੇ ਮੌਸਮ ਵਿਭਾਗ ਬਾਰੇ ਐਪਰਵਿਸਤੋ ਤਰਾ 2 ਘੰਟੇ 2 ਘੰਟਿਆਂ ਤੱਕ ਦੱਸਾਂਗੇ ਜਿਆਣੀ ਜਿੱਦਾਂ ਖਬਰਾਂ ਖਤਮ ਹੋਣ ਤੋਂ ਬਾਅਦ ਨਹੀਂ ਕਹਿੰਦੇ ਹੁੰਦੇ ਆਪਕੇ ਲਈ ਅਗਲੀ ਨਿਊਜ਼ ਲੈ ਕੇ ਜਲਦ ਹੀ ਲੈ ਕੇ ਆਇੰਗੇ ਹਮ ਆਪਣੇ ਹੀ ਟੀਪੀ ਪਰ ਦੇਖਦੇ ਰਹੀਏ ਅਗਲੇ 2 ਘੰਟੇ ਕੇ ਬਾਅਦ ਆਏਗਾ ਹਮਾਰਾ ਮੌਸਮ ਕਾ ਹਾਲਚਾਲ ਲੋ ਜੀ ਇਸ ਦਾ ਪਹਿਲਾ ਦੂਜਾ ਹੈਗਾ ਜੀ ਪ੍ਰੋਵਾਦੀ ਕੰਪਰੈਂਸਿਓਨੇ ਓਰਾਲੇ ਨੰਬਰ 2 ਕੰਮ ਤੇ ਗੱਲਬਾਤ ਇਹਨੂੰ ਮੈਂ ਪੰਜਾਬੀ ਜਿੱਦਾਂ ਲਿਖਣਾ ਹੈ ਕੰਮ ਤੇ ਗੱਲਬਾਤ ਬੋਂਜੂਰਨੋ ਸਿਨੋਰਾ ਜਨਾਰਦੀ ਤੇ ਜਨਾਰਦੀ ਬੀਬੀ ਜੀ ਸਸਰੀਕਾਲ ਲਾ ਜੀ ਸਾਡਾ ਜਵਾਨ ਵੀ ਆ ਗਿਆ ਕੋਲ ਮੇਰੇ ਇਹ ਵੀ ਮੈਨੂੰ ਲੱਗਦਾ ਆਪਣੀ ਰਿਕਾਰਡਿੰਗ ਸ਼ੁਰੂ ਕਰੂਗਾ ਡਿਗ ਜਾਣਾ ਤੇ ਡਿਗ ਜਾਣਾ ਮਾਉ ਡਿਗ ਜਾਣਾ ਇਦਾਂ ਨਹੀਂ ਪੈਰ ਰੱਖੀਦਾ ਬੋਂਜੂਰਨੋ ਕੋਲ ਆ ਬਿਓ ਫਿਰ ਕੋਲੇ ਮੋਤੀਵੋ ਹੈ ਕਿਐਸਟੋ ਦੀ ਪਾਰਲਾਰੇ ਕੁੰਮੇ ਪਰ ਕਿ ਕਵਾਲੇ ਮੋਤੀਵੋ ਕਿਸ ਕਾਰਨ ਕਰਕੇ ਆਈ ਕਿਐਸ ਤੋਂ ਤੂ ਪੁੱਛਿਆ ਕਿ ਇਧਰੇ ਹੁੰਦਾ ਕੋਈ ਗੱਲ ਪੁੱਛਣੀ ਦੀ ਪਰਲਾਰੇ ਕੋਮੇ ਪਰਲਾਰੇ ਹੰਦਾ ਗੱਲ ਕਰਨਾ ਕੋਨ ਮੇ ਮੇਰੇ ਨਾਲ ਤੇ ਕਿਸ ਗੱਲ ਕਰਕੇ ਤੂੰ ਕੋਈ ਕੀ ਗੱਲ ਹੋ ਗਈ ਤੂੰ ਮੈਨੂੰ ਗੱਲ ਨੂੰ ਬੁਲਾਇਆ ਇਹਨੂੰ ਪੰਜਾਬੀ ਇਹਨੂੰ ਇਟਾਲੀਅਨ ਚ ਸੌਖੇ ਤਰੀਕੇ ਨਾਲ ਕਰਨਾ ਪਰਕੇ ਬੋਈ ਪਰਲਾਰੇ ਕੋਮੇ ਵੋਈ ਜਾਨੀ ਹੁੰਦਾ ਚਾਹਨਾ ਮੇਰੇ ਨਾਲ ਗੱਲ ਕਰਨੀ ਕਿਉਂ ਚਾਹਨਾ ਉਹ ਜਵਾਨ ਕਹਿੰਦਾ ਜੀ ਬੋਲੇ ਵੋ ਕਿਦਰ ਕਿਦਰ ਲੈ ਦੀ ਕੋਨ ਚੇਦਰ ਮਿਉ ਪਾਇਓ ਦੀ ਸੈਟਿਮਾਨੇ ਇਹ ਉਨ ਪਾਇਓ ਦੀ ਸਤਿਮਾਨੇ ਦੀ ਫੇਰੀ ਕਿੰਨਾ ਬੀਬੀ ਜੀ ਮੈਨੂੰ ਚਾਹੀਦੀਆਂ ਸੀ ਦੋ ਹਫ਼ਤੇ ਦੀਆਂ ਛੁੱਟੀਆਂ ਪਾਈਓ ਹੁੰਦਾ ਜੋੜਾ ਸਤਿਮਾਨਾ ਹਫ਼ਤੇ ਫੇਰੀ ਇਹ ਛੁੱਟੀਆਂ ਕੁੰਚੇਦਰਮਿਕ ਜੀ ਤੁਸੀਂ ਮੈਨੂੰ ਦੇ ਦੋਗੇ ਅੱਛਾ ਸੋਨੋ ਜਾ ਪਾਰੇ ਕਿ ਮਹੀਨੇ ਬੜੇ ਦਿਨ ਬਹੁਤ ਅਮੇਜੀ ਹੁੰਦੇ ਮਹੀਨੇ ਪਰ ਇਹ ਕੀ ਹੁੰਦੇ ਬਹੁਤ ਬਹੁਤ ਲੰਘ ਜਾਂਦੇ ਪਰ ਇਹ ਕੀ ਕਿ ਲਾ ਬੋਰ ਦੁਰAMENTE ਬਹੁਤ ਹੀ ਸਖਤ ਨੇ ਕੰਮ ਕਰ ਰਹੇ ਨੇ ਦਿਲ ਲਾ ਕੇ ਜੀ ਜਾਨ ਦੁਰAMENTE ਹੁੰਦਾ ਪੈਨ ਡਰ ਰਟਾ ਨਾ ઓ ਬੀਜ਼ੋਨੀਆ ਦੀ ਅੰਦਾਰੇ ਇਨ ਵਕਾਂਜ਼ਾ ਪੈ ਮੇਰਾ ਟਾਈਮ ਆ ਫਿਰ ਮੈਂ ਹੁਣ ਛੁੱਟੀ ਚ ਜਾਵਾਂ ਬੇ ਬਸ ਹੋ ਗਈ ਮੇਰੀ ਹੁਣ ਹੋਰ ਨਹੀਂ ਦਿੱਤਾ ਕੰਮ ਹੁੰਦਾ ਪੰਜਾਬੀ ਦਾ ਇਹਨੇ ਦੇ ਟ੍ਰਾਂਸਲੇਟ ਕਰਨਾ ਉਹ ਆਪਣੀ ਬੀਬੀ ਕੀ ਕਹਿੰਦੀ ਆ ਚੈਰ ਤੋਂ ਕਲਾਉ ਦਿਓ ਉਹ ਬਿਲਕੁਲ ਕਲਾਉ ਦਿਓ ਲੈ ਫੇਰੀ ਇਹ ਸੋਨੋ ਹੁਣ ਤੂੰ ਦੇ ਰਿੱਤੂ ਛੁੱਟੀਆਂ ਤਾਂ ਤੇਰਾ ਇੱਕ ਹੱਕ ਵਾ ਦੇ ਰਿੱਤੂ ਹੁੰਦਾ ਸਿੱਧਾ ਪਰ ਇੱਥੇ ਦੇ ਰਿੱਤੂ ਦਾ ਕੇ ਵੀ ਮਤਲਬ ਹੁੰਦਾ ਪੇ ਹੱਕ ਹੋਣਾ ਤੇ ਆਪਣਾ ਜੀ ਫਾਚੋ ਸੈਂਟੀਰਾ ਅਕਸਾ ਜੀ ਦੇ ਰਿੱਤੂ ਹੁੰਦਾ ਹੱਕ ਦੇ ਰਿੱਤੂ ਹੁੰਦਾ ਸਿੱਧਾ ਕਵਾਂਡੋ ਪੈਂਸਾਬੀ ਦੀ ਪ੍ਰੇਂਡਰਲੇ ਪਰ ਤੂੰ ਕਦੋਂ ਸੋਚਦਾ ਹੀ ਵੀ ਤਾਂ ਛੁੱਟੀਆਂ ਲੈਣੀਆਂ ਫੇ ਗੁਰਵੰਦ ਹੁੰਦਾ ਕਦੋਂ ਪਿੰਸਾ ਵੀ ਹੁੰਦਾ ਸੋਚਣਾ ਪ੍ਰਿੰਦਰ ਰਹਿੰਦਾ ਛੁੱਟੀਆਂ ਅਸ਼ਾ ਜੀ ਉਹ ਜਵਾਨ ਨੇ ਮੋਰੇ ਕੀ ਕਿਹਾ ਉਹ ਕਹਿੰਦਾ ਉਹ ਤਾਂ ਦੇਖੀ ਯਾਰ ਮੇਰੇ ਤੂੰ ਵੀ ਤੂੰ ਨਾ ਲਾਇਓ ਹੋ ਜਾਈ ਹੁਣ ਮੈਂ ਕਹਿੰਦਾ ਜੀ ਬੁਰਾ ਹੀ ਪ੍ਰਿੰਦਰ ਲਈ ਪਿਊ ਇਨ ਫਰੈਟਾ ਪੋਸੀਬਲ ਹੈ ਕਿ ਸ਼ੂਬੀ ਤੋਂ ਸੇਸ਼ੇ ਬੋ ਕਹਿੰਦਾ ਜੀ ਮੈਨੂੰ ਤਾਂ ਹੁਣੇ ਹੀ ਛੁੱਟੀਆਂ ਦੇ ਦਿਓ ਮੇਰੇ ਭਾਣੇ ਤਾਂ ਮੈਨੂੰ ਅੱਜ ਤੋਂ ਹੀ ਦੇ ਦਿਓ ਆਪਣਾ ਤਾਂ ਬਹੁਤ ਸਰਿਆ ਹੋਇਆ ਛੁੱਟੀਆਂ ਬਾਰੇ ਤੇ ਇਹਦੇ ਬਾਰੇ ਦੇਖਦੇ ਗੱਲ ਕਰਦੇ ਆ ਬੁਰਾਈ ਪ੍ਰੈਂਦਰ ਲੈ ਇਲ ਪਿਊ ਬੁਰਾਈ ਪ੍ਰੈਂਦਰ ਲੈ ਪੇ ਮੈਂ ਲੈਣੀਆਂ ਚਾਹੁੰਦਾ ਇਲ ਪਿਊ ਇਨ ਫਰੈਟਾ ਜਿੰਨੀ ਛੇਤੀ ਹੋ ਸਕੇ ਅੰਖੇ ਸ਼ੂਬੀ ਤੋਂ ਭਾਵੇਂ ਹੁਣੇ ਦੇ ਦਈਏ ਸੇਸ਼ੇ ਪੋ ਜੇ ਹੋ ਸਕਦਾ ਸੇਸ਼ੇ ਪੋ ਜੇ ਹੋ ਸਕਦਾ ਅਬੀਆਮਾ ਮਾਉ ਕੋਚ ਨਹੀਂ ਹੈਗਾ ਇਹ ਫੋਨ ਇਹ ਜਿਹੜੇ ਸਾਡੇ ਫੋਨ ਦੇ ਪਿੱਛੇ ਪੈ ਜਾਂਦੀ ਹੈ ਕਹਿੰਦੀ ਦੂ ਤੂ ਬੁਲਾਣਾ ਦੂ ਤੂ ਅੱਛਾ ਜੀ ਅਬੀਆਮੋ ਮੂਲਟੋ ਲਾਬੋਰੇ ਇਨ ਕਵਸਟੋ ਪੀਰੀਡੋ ਤੁਹਾਨੂੰ ਤਾਂ ਕੰਮੇ ਹੀ ਬਹੁਤ ਆ ਜੀ ਇਹਨਾਂ ਦਿਨਾਂ ਚ ਇਹ ਨੋਨੇ ਫਾਸਲੇ ਤਰਵਾਰੇ ਕੋਲਕੂਨੋ ਆ ਲੈ 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 ਨੋਨਾ ਨਹੀਂ ਇਹ ਨੋਨੇ ਫਾਸਲੇ ਬੇ ਇਨਾਂ ਸੌਖਾ ਨਹੀਂ ਤਰਵਾਰੇ ਹੁੰਦਾ ਲੱਪਣ ਕੋਲਕੂਨੋ ਕੋਈ ਕੇ ਜਿਹੜਾ ਰੋਕ ਕੇ ਦਮੇ ਖੋਲ ਦਿੰਨਾ ਕਿ ਜਿਹੜਾ ਤੀ ਸੋਸਤੀ ਤੁਬੀਸ਼ਾ ਤੇਰੀ ਜਗ੍ਹਾ ਲੈ ਸਕੇ ਇੰਪੋਰਟੈਂਟ ਬਹੁਤ ਥੋੜੇ ਟਾਈਮ ਵਿੱਚ ਫਿਰ ਛੁੱਟੀਆਂ ਦਾ ਕਹਿੰਦੀ ਕਾਕਾ ਤੂੰ ਲੈ ਲੈ ਪਰ ਹੁਣ ਤੇਰੀ ਜਗ੍ਹਾ ਲੈਣ ਵਾਲਾ ਬੰਦਾ ਐ ਨਹੀਂ ਛੇਤੀ ਆਪਾਂ ਕਿੱਥੋਂ ਲੈ ਕੇ ਆਈਏ ਆ ਲੈ ਬਗਲੀ ਤੇ ਸੇਪੁਆਇ ਐਸਪੇਟਾਰੇ ਫੀਨੋ ਅਲ ਮੇਸੇ ਪ੍ਰੋਸਿਮੋ ਐ ਮੈਲਿਓ ਸੇ ਪੁਆਇ ਜੇ ਹੋ ਸਕਦਾ ਯਾਨੀ ਕਿ ਪੁਆਇ ਐਸਪੇਟਾਰੇ ਤੂੰ ਅ ਵੇਟ ਕਰ ਸਕਦਾ ਫੀਨੋਵਲ ਮੇਸ ਅਪਰੋਸ਼ਿਮੋ ਅਗਲੇ ਮਹੀਨੇ ਤੱਕ ਮਿਲ ਜੇ ਫਿਰ ਜੇ ਅਗਲੇ ਮਹੀਨੇ ਤੱਕ ਰੋਕ ਸਕਦਾ ਵੀ ਭਰਾਵਾ ਤਾਂ ਬਈ ਬਹੁਤ ਧੰਨਵਾਦ ਮਿਲ ਜੇ ਹੋਊਗਾ ਆਪਣੇ ਕਲਾਉਦੀਓ ਬਾਈ ਜੀ ਕਹਿੰਦੇ ਆ ਬੀਬੀ ਨੂੰ ਸੀਨੀਅਰ ਆ ਜਨਾਰਦੀ ਵੇਰਾਮੈਂਤੇ ਵੋਲੇਵੋ ਪ੍ਰੇਂਡਰਲੇ ਫਿਰ ਇਹ ਜਿਆਦਾ ਪ੍ਰਤੀਤਿਤ ਦਲ ਅਫਰੋਸ਼ਿਮਾ ਸੈਟਿਮਨਾ ਹੰਦਾ ਜੀ ਮੇਰੀ ਤਾਂ ਸਕੀਮ ਅਗਲੇ ਹਫਤੇ ਤੋਂ ਹੀ ਸਗੀ ਸਾਡੀ ਤਾਂ ਹੁਣ ਹੋਈ ਜੋ ਬਸ ਵੇਰਾਮੈਂਤੇ ਹੰਦਾ ਸੱਚਮੁੱਚ ਵੋਲੇਵੋ ਪਰੇਂਦਰ ਮੈਂ ਲੈਣੀਆਂ ਚਾਹੁੰਦਾ ਸੀ ਛੁੱਟੀਆਂ ਫੇਰੀਏ ਜਾਂ ਤੋਂ ਜਾਦਾ ਦੁਮਾਨੀ ਕੱਲ ਤੋਂ ਜਾਦਾ ਦੋ ਪੁਦਮਾਨੀ ਪਰਸੋਂ ਤੋਂ ਜਾਦਾ ਪ੍ਰੋਸੀਮੋ ਮੇਜ਼ੋ ਅਗਲੇ ਮਹੀਨੇ ਤੋਂ ਇਦਾਂ ਇਦਾਂ ਕਰਕੇ ਐਨੇ ਹੁਣ ਮੈਨੂੰ ਲੱਗਦਾ ਫੋਨ ਛੱਡਦਾ ਨਾ ਜਾ ਕੇ ਮੇਰਾ ਜਾਦਾ ਮਤਲਬ ਹੁੰਦਾ ਤੋਂ ਕਿਸੇ ਚੀਜ਼ ਤੋਂ ਲੈ ਕੇ ਤੱਕ ਜਾਦਾ ਦੁਮਾਨੀ ਜਾ ਆਪਰਤੀ ਦੇ ਦਲਾ ਪ੍ਰੋਸੀਮਾ ਸੈਟੀਮਾਨਾ ਕਿ ਅਗਲੇ ਹਫਤੇ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਹੀ ਮੈਂ ਤਾਂ ਸਕੀਮਸ ਕੀ ਮੇਰੀ ਤੇ ਆਪਣੀ ਜਨਾਰਦੀ ਬੀਬੀ ਜੀ ਇੱਕ ਵਾਰ ਆ ਗਈ ਕਹਿੰਦੀ ਪਈ ਇਹ ਤਾਂ ਫਿਰ ਕੰਮ ਗੜਬੜ ਕੁਛ ਤੋਂ ਪ੍ਰੋਬਲਮ ਪ੍ਰੋਬਲਮ ਹੁੰਦੀ ਪ੍ਰੋਬਲਮ ਅਸੀਂ ਨੇ ਤਾਂ ਘਸਾ ਨਹੀਂ ਵੀ ਤਾਂ ਫਿਰ ਕੰਮ ਖਰਾਬ ਆ ਜਿਦਾ ਕਹਿੰਦੇ ਹੁੰਦੇ ਮਾਲਕ ਸ਼ਿ ਬੋਏ ਪੋਸੋ ਦਾਰਤੀ 3 ਜੂਰਨੀ ਦੀ ਫੇਰੀ ਜੇ ਤੂੰ ਕਹਿਣਾ ਚੱਲ ਨਾ ਤੇਰੀ ਨਾ ਮੇਰੀ ਮੈਂ ਤੇਨੂੰ 3 ਦਿਨਾਂ ਦੀਆਂ ਛੁੱਟੀਆਂ ਦੇ ਦਿੰਦੀ ਲਾਪ੍ਰੋਸੀਮਾ ਸੈਟਿਮਾਨਾ ਇ ਇਲ ਰੈਸਟੋ ਤ੍ਰੋ ਮੇਸੇ ਅਗਲੇ ਹਫਤੇ ਮੈਂ ਤੈਨੂੰ 3 ਮਹੀਨੇ ਤਿੰਨ ਤਿੰਨ ਦਿਨਾਂ ਦੀਆਂ ਛੁੱਟੀਆਂ ਦੇ ਦਿੰਨੀ ਆ ਬਾਕੀ ਅਗਲੇ ਮਹੀਨੇ ਚ ਦੇਖਾਂਗੇ ਪੋਸ਼ੋਨਾਰਤੀ ਤੇ ਮੈਂ ਦੇ ਸਕਦਾ ਜਾਂ ਦੇ ਸਕਦੀ ਤਿੰਨ ਦਿਨ ਤਰੇ ਜੋਰ ਨੇ ਫੇਰ ਇਹ ਛੁੱਟੀਆਂ ਪ੍ਰੋਕਸਿਮ ਸੇਤੀ ਮਾ ਨਾ ਅਗਲਾ ਹਫਤਾ ਤਰਾਉ ਮੇਜ਼ੇ ਇੱਕ ਮਹੀਨੇ ਤੱਕ ਰੈਸਟ ਹੋਉਂਦੀ ਬਾਕੀ ਜੋ ਤੁਹਾਡਾ ਬਾਕੀ ਆ ਮੇਵਾ ਬੀਨੇ ਅਗਲੇ ਦਿਤਾ ਹੋਗੀ ਸੋਨਾ ਚਾਹੰਦੀ ਕਹਿੰਦਾ ਜੀ ਮਿਰਰ ਨੂੰ ਠੀਕ ਆ ਆਪਾਂ ਕੈਮ ਆ ਜੀ ਤੇ ਅਲੋਰਾ ਦਲ ਪ੍ਰੋਕਸਿਮ ਮਰਕੋਲੈਦੀ ਯੋ ਸਟਾ ਕਾਜ਼ਾ ਪੇਰਸ ਰਾਜੂ ਨੇ ਕਹਿੰਦਾ ਜੀ ਫਿਰ ਮੈਂ ਉਹਨੇ ਅਗਲੇ ਨ ਸਕੀਮ ਲਾ ਲਈ ਕਹਿੰਦਾ ਵੀ ਕੋਈ ਨਾ ਬੇਬੇ ਜੇ ਤੂੰ ਦੋ ਹਫ਼ਤੇ ਦੀ ਨਹੀਂ ਦੇਣਾ ਨਾ ਤਾਂ ਮੈਂ ਵੀ ਤਿੰਨ ਦੀਆਂ ਪੰਜ ਬਣਾ ਲਈਆਂ ਸ਼ਨੀਐਤਵਾਰ ਅਗਲਾ ਛੁੱਟੀ ਹੁਣੀ ਕਹਿੰਦਾ ਫਿਰ ਮੈਂ ਬੁੱਧਵਾਰ ਵੀਰਵਾਰ ਸ਼ੁੱਕਰ ਦੀ ਕਰਦਾ ਤਾਂ ਸ਼ਨੀਐਤਵਾਰ ਦੀ ਆ ਫਿਰ 5 ਦਿਨ ਦੀ ਮਿਲ ਗਈ ਉਹਨੂੰ ਛੁੱਟੀ ਉਹਨੂੰ ਮਿਲ ਗਿਆ ਰੈਸਟ ਕਹਿੰਦਾ ਜੀ ਫਿਰ ਮੈਂ ਅਗਲੇ ਬੁੱਧਵਾਰ ਤੋਂ ਰਹਿਣਾ ਘਰ ਤੇ ਫਿਰ ਮੈਂ ਆਉਂਗਾ ਉਸ ਤੋਂ ਬਾਅਦ ਇਲ ਪ੍ਰੋਸੀਮੋ ਮੇਸੇ ਅਗਲੇ ਮਹੀਨੇ ਪ੍ਰੈਂਡੋ ਇਲ ਰੈਸਟ ਦੱਲੇ ਫੇਦੀ ਜਿਹੜੇ ਬਾਕੀ ਛੁੱਟੀਆਂ ਮੈਂ ਉਹ ਲੈ ਲੂੰਗਾ ਕਹਿੰਦਾ ਰਿਕਾਰਡਿੰਗ ਚੈੱਕ ਕਰ ਲਾਈਓ ਵੀ ਹੈਗੀ ਫਿਰ ਮੈਂ ਰਜਿਸਟ੍ਰੇਸ਼ਨ ਨੇ ਲੱਗੀ ਹੋ ਲੱਗੀ ਹੋ ਮੈਂ ਕਿਹਾ ਹੋ ਰਹੀ ਨਾ ਤੇ ਆਪਣਾ ਉਸ ਤੋਂ ਬਾਅਦ ਦਾ ਕੋਰਦੋ ਕਹਿੰਦੀ ਠੀਕ ਆ ਦਾ ਕੋਰਦੋ ਠੀਕ ਆ ਉਸ ਤੋਂ ਬਾਅਦ ਜੀ ਆ ਕੀ ਆ ਗਿਆ ਜੀ ਤੇ ਪੇਜ ਨੰਬਰ 3 ਖੁੱਲ ਗਿਆ ਅੱਛਾ ਕਿਉਂਕਿ ਉਹ ਖਤਮ ਹੋ ਗਿਆ ਬਾੜਾ ਸਾਹ ਤੈਨੂੰ ਕਰੋ ਇਹਨੂੰ ਅੱਛਾ ਜੀ ਪੇਜ ਨੰਬਰ 10 ਹੁਣੇ ਦੱਸੋ ਇਹ ਜਿਹੜੀਆਂ ਤੁਹਾਨੂੰ ਉਹਨੇ ਗੱਲਾਂ ਬੋਲੀਆਂ ਉੱਤੇ ਆ ਗਿਆ ਟੈਸਟ ਪ੍ਰੋਵਾਜੀ ਕੰਪਰਹੈਂਸ਼ਨ ਔਰਲ ਤੇ ਜਿਹੋ ਤੁਹਾਨੂੰ ਨੇ ਬੋਲ ਕੇ ਦੱਸਿਆ ਤੁਹਾਨੂੰ ਕੋਈ ਸਮਝ ਸਮਝ ਕੇ ਲੱਗੀ ਆ ਮਿਲਾਨੋ ਔਰ ਜੀ ਮਿਲਾਨ ਵਿੱਚ ਅੱਜ ਕੀ ਹੁੰਦਾ ਉੱਤੇ ਲਿਖਿਆ ਨੀਵਿਕਾ ਪਿਓ ਵੀ ਹੁੰਦਾ ਮੀ ਪੈਣਾ ਨੀਵਿਕਾ ਬਾਰ ਪੈਂਦੀ ਆ ਚੈਲ 16 ਤੇ ਸੂਰਜ ਚੜਿਆ ਤੁਸੀਂ ਨੀਵਿਕਾ ਤੇ ਕਲਿੱਕ ਕਰਨਾ ਉਹ ਟਿਕ ਮਾਰਕਾਂ ਨੇ ਸੀ ਕੌਂਸੀ ਲਾ ਦੀ ਸਲਾਹ ਦਿੱਤੀ ਜਾਂਦੀ ਹੈ ਮੋਵਰਸੀ ਸੋਲੋ ਕੋਨ ਇਲ ਮੋਟੋਰੀਨੋ ਪਿਰ ਸੇਰਫ ਆਪਣੀ ਕਿਹੜੀ ਹੁੰਦੀ ਹੈ ਇਕ ਟੀਵਾ ਆਪਣੇ ਸਕੂਟਰਾਂ ਤੇ ਜਾ ਕੇ ਟੀਵਾ ਤੇ ਹੀ ਘੁੰਮੋ ਨੋਨ ਮੋਵਰਸੀ ਕੋਨ ਲਾ ਪ੍ਰੋਪਰੀਆ ਆਉਟੋਮੋਬੀਲੇ ਪੇ ਆਪਣੀ ਗੱਡੀ ਦੇ ਨਾਲ ਨਾ ਜਾਓ ਜਾਂ ਫਿਰ ਨੋ ਮੋਵਰਸੀਂ ਪੀਏਦੀ ਪੇ ਤੋਰ ਪਰ ਕਿਤੇ ਨਾ ਜਾਓ ਉੱਤੇ ਆਪਾਂ ਜਿੱਦਾਂ ਕਿ ਤੁਸੀਂ ਉੱਤੇ ਜੋ ਉਹਨੇ ਬੋਲਿਆ ਚ ਲਿਖਿਆ ਸੀ ਨਾ ਨੋ ਮੋਵਰਸੀ ਕੋਨ ਇ ਪ੍ਰੋਪਰੀ ਮੇਜ਼ੀ ਆਉਟੋ ਵਹੀਕੋਲੀ automobile ایتھے ਆਣਾ ਬੀ ਨੰਬਰ ਦਾ ਨੰਬਰ ਠੀਕ ਆ ਇਹ ਆਬਲੀਗਾਟੋਰੀ ਜੋ ਪੱਥਰ ਦੇ ਲੈ ਆ ਜਾ ਉਹਦੇ ਮੇਰੇ ਬੂਗੂ ਇਹ ਲੈਣ ਅੱਛਾ ਆਬਲੀਗਾਟੋਰੀ ਉਹ ਕੀ ਸੀਗਾ ਕਤੈਨੀ ਦੀ ਨੇਵੇ ਜਾਂ ਫਿਰ ਗੋਮੇ ਤੇਰ ਮਿਕ ਇਹਦੇ ਵਿੱਚ ਦੋ ਚੂਹੇ ਦੋ ਚੂਹੇ ਨਾ ਹੋਏ ਯਾਰ ਤੇਰੇ ਆ ਲੈ ਲਾ ਤੇ ਲੈ ਦੇਖ ਲੈ ਇਹ ਪੇ ਕਿਹੜੀ ਚੀਜ਼ ਸੀਗੀ ਆਪਣੇ ਗੋਮੇ ਦੀ ਨਿਸ਼ਤੀ ਵਾਲੀ ਦੀ ਗੁੰਮ ਹੁੰਦੇ ਜਿਹੜੀਆਂ ਆਪਾਂ ਬੜੇ ਬੂਟ ਹੁੰਦੇ ਨਾ ਅਸਤੀਵਾਲੀ ਵਾਲੇ umbrellas ਛਤਰੀ 12 35 ਛਤਰੀ ਵੀ ਤੁਸੀਂ ਲੈ ਸਕਦੇ ਐ ਐਸੀ ਗੱਲ ਤਾਂ ਨਹੀਂ ਹੈਗੀ ਪਰ ਸਾਡੇ ਕੋਲ ਤੇਲਕਣ ਦਾ ਸਮਾਨ ਹੋਣਾ ਚਾਹੀਦਾ ਵੀ ਤੁਸੀਂ ਨਾ ਤੇਲਕੋ ਇਹਨਾਂ ਚਿੱਤਾ ਸ਼ੈਡ ਦੇ ਵਿੱਚ sono in azione in mezzo della nettzaurbana nettzaurbana ਇਹਦਾ ਮੇਲੇ ਵੀ ਨਵੀਂ ਚੀਜ਼ ਆ ਕੀ ਹੁੰਦੀ ਆ ਬਾਅਦ ਚ نیٹ ਤੋਂ ਮੈਂ ਦੇਖੂੰਗਾ ਪੜ੍ਹ ਕੇ ਕੀ ਹੁੰਦੀ ਆ ਹੁਣ ਇਹ ਨਾ ਕਿਹਾ ਕਿ ਬੰਦੇ ਨੂੰ ਆਪ ਨੂੰ ਸਮਝ ਨਹੀਂ ਆਉਂਦੀ ਤੇ ਪੜਾਉਣ ਬਹਿ ਗਿਆ ਮੈਨੂੰ ਪਤਾ ਕਈਆਂ ਨੇ ਹੁਣ ਕਿਹਾ ਹੋਣਾ ਸਾਲਾ ਕਈ ਗੱਲਾਂ ਨੇ ਸੋਨੋ ਇਨ ਐਕਸ਼ਨ ਐ ਕੈਂਬੀਅੰਸ ਫਾਰ ਦੀ ਸਾਲੇ ਪੇ ਆਪਣੇ ਤੇਲ ਆਪਣਾ ਲੂਣ ਖਿਲਾਰਨ ਵਾਲੇ ਗੱਡੀਆਂ ਉੱਤੇ ਘੁੰਮਦੀਆਂ ਜਾਂ ਫਿਰ ਸਪਾਸਾ ਨੀਵੇ ਇ ਸਪਰ ਦੀ ਸਾਲੇ ਆਪਣੇ ਬਰਫ਼ ਪਰੇ ਕਰਨ ਵਾਲੀਆਂ ਤੇ ਲੂਣ ਨਾਲੀਆਂ ਫਿਰਦੀਆਂ ਗੱਡੀਆਂ ਸੱਟਣ ਵਾਲੀਆਂ ਇਹ ਸੀਗਾ ਸੀ ਕਿਉਂਕਿ ਸਿਰਫ ਲੂਣ ਖਿਲਾਰਨ ਵਾਲਾ ਨਹੀਂ ਫਿਰਦਾ ਆਪਣਾ ਬਰਫ਼ ਸੈੱਟ ਤੇ ਕਰਨ ਵਾਲਾ ਵੀ ਆ ਤਰਾ ਦੂਰੇ ਪਰ ਵੀ ਸਤੋ ਦੋ ਘੰਟਿਆਂ ਤੱਕ ਕੀ ਦੱਸਿਆ ਉਨ ਨੂੰ ਨਵੋ ਤੇਲ ਜਰਨਲ ਲੈ ਆ ਵੀ ਕਰਤਾ ਕੰਮ ਫੁੰਦਾ ਨੇ ਜਵਾਨ ਨੇ ਨਵੀਂ ਨਵੀਂ ਨਵੀਆਂ ਖਬਰਾਂ ਤੇਲ ਜਰਨਲ ਟੀਵੀ ਦੀਆਂ ਖਬਰਾਂ ਇਲ ਬੈਲ ਟੈਂਪੋ ਮੌਸਮ ਦਾ ਵਧੀਆ ਹੁਣ ਉਨ ਨਵੋ ਨੋਟਿਜ਼ੀਆਰੀਓ ਸੁੱਲੇ ਕੰਡੀਜ਼ੀਓਨੀ ਡੈਲ ਟੈਂਪੋ ਜਫਰ ਨਵੀਆਂ ਖਬਰਾਂ ਆਪਣੇ ਮੌਸਮ ਵਿਭਾਗ ਕੋਲੋ ਜਿੱਦਾਂ ਕਿ ਇਹਦਾ ਵੀ ਨੰਬਰ ਸੀ ਜਾਂਦਾ ਲਓ ਜੀ ਅੱਜ ਦਾ ਭਾਗ ਫਿਰ ਮੈਂ ਇੱਥੇ ਅੰਤ ਕਰਦਾ ਕਿਉਂਕਿ ਮੇਰਾ ਭਾਨ ਜਬੂਗਲੀ ਬੂਗਲੀ ਹੁਣ ਆਪਣੀਆਂ ਲਾਈਵ ਸ਼ੋਅ ਲੈ ਕੇ ਵਹਿ ਗਿਆ ਜੀ ਇਸ ਕਰਕੇ ਹੁਣ ਉਹਨੇ ਮੇਤੋਂ ਲੈਪਟਾਪ ਲੈਣਾ ਖੋ ਤੇ ਮੇਰਾ ਮਾਈਕ ਵੀ ਲੈਣਾ ਉਹਨੇ ਖੋ ਤੇ ਇਹਦੇ ਅੱਗੇ ਮੇਰੀ ਨਹੀਂ ਚੱਲਦੀ ਤੇ ਆਪਾਂ ਫਿਰ ਤੁਹਾਨੂੰ ਦਿਖਾ ਲਦਨੇ 12 ਪੇਜਾਂ ਮੈਂ ਬਾਅਦ ਵਿੱਚ ਤੁਹਾਨੂੰ ਦਿਖਾ ਲੂੰਗਾ ਇਹਦੇ ਵਿੱਚ ਦੇਖੋ ਸਾਰੇ ਇਦਾਂ ਹੀ ਪੇਜ ਆ ਕੀ ਕੀ ਆ ਇਹਨੂੰ 50% ਕਰਦਾ ਤੇ ਮੂਲਤਾ ਉਹ ਗੇਰਾ ਹੈ ਮੂਲਤਾ ਅਸ਼ਾ ਜੀ ਆ ਜਿਹੜੀਆਂ ਚੀਜ਼ਾਂ ਸਾਰੀਆਂ ਮੈਂ ਤੁਹਾਨੂੰ ਇਹਨਾਂ ਬਾਰੇ ਕੱਲ ਨੂੰ ਦੱਸੂਗਾ ਕੱਲ ਨੂੰ ਮੇਰੇ ਕੋਲ ਟਾਈਮ ਹੈਗਾ ਬਾਕੀ ਸੀਰੀਅਲ ਨੰਬਰ 2 ਫਾਇਰਫੌਕਸ ਆਹ ਆ ਆਪਣੀ ਜੀ ਆਪਾਂ ਵੈਬਸਾਈਟ ਤਿਆਰ ਕਰ ਰਹੇ ਹਾਂ ਫਿਲਹਾਲ ਕੀਤੀ ਨਹੀਂ ਕਰ ਰਹੇ ਹਾਂ ਤੇ ਸੋਚਦਾ ਵੀ ਇਹ ਵੀ ਦੇਖਿਆ ਜਾਵੇ ਸ਼ਹਿਰ ਦੇ ਲੋਕੇ ਸਮਝ ਗਏ ਹੁਣ ਸ਼ੁਰੂ ਤੋਂ ਤੇ ਦੇਖਦੇ ਹਾਂ ਦਾ ਵੀ ਹਿਸਾਬ-ਤਾਬ ਹੌਲੀ-ਹੌਲੀ ਸਾਰਾ ਕੁਝ ਕਰਨਾ ਤੇ ਹਾਂ ਜੀ ਮੈਨੂੰ ਵੈਬਸਾਈਟਾਂ ਬਣਾਉਣੀਆਂ ਵੀ ਆਂਦੀਆਂ ਅਸੀਂ ਕੰਪਿਊਟਰ ਵੀ ਠੀਕ ਕਰ ਲਈਦੀਆਂ ਮੋਬਾਈਲ ਵੀ ਠੀਕ ਕਰ ਲਈਦੀਆਂ ਸੌਫਟਵੇਅਰ ਹਾਰਡਵੇਅਰ ਪ੍ਰੋਬਲਮ ਹੋਵੇ ਸਭ ਕੁਝ ਕਰ ਲਈਦੀ ਆ ਤੇ ਲੱਗਦੇ ਹੱਥੇ ਵੀ ਦੱਸ ਦੰਨੇ ਆ ਵੀ ਪ੍ਰੋਗਰਾਮਾਂ ਤੋਰ ਤੇ ਰਜੋਨੀਰੇ ਦਾ ਪ੍ਰਕੋਰਸਕਿਤ ਹੋਸਾ ਦਾ ਮੈਨੂੰ ਜਿਹੜੇ ਜਾਣ ਪਛਾਣ ਵਾਲੇ ਸਮਝ ਗਏ ਹੋ ਕਿਉਂਕਿ ਕੋਈ ਕਈ ਸਾਰੇ ਬੰਦੇ ਐਸੇ ਨੇ ਜਿਹੜੇ ਜੁੜੇ ਨੇ ਫੇਸਬੁੱਕ ਦੇ ਪੇਜ ਤੇ YouTube ਦੇ ਜਿਹੜੇ ਮੈਨੂੰ ਜਾਣਦੇ ਆ ਫਿਰ ਉਹਨਾਂ ਨੂੰ ਪਤਾ ਨਹੀਂ ਫਿਰ ਮੈਂ ਇਹ ਮੈਂ ਹੀ ਸ਼ੁਰੂ ਕੀਤਾ ਸਾਡੇ ਪਿੰਡ ਦੇ ਬੰਦੇ ਵੀ ਦੋ ਚਾਰ ਪਰ ਉਹਨਾਂ ਨੂੰ ਪਤਾ ਨਹੀਂ ਕਿਉਂਕਿ ਇਹ ਮੈਨੂੰ ਜ਼ਿਆਦਾਤਰ ਪਿੰਡ ਦੇ ਵਿੱਚ ਨਹੀਂ ਦੇਖਿਆ ਜਾਂਦਾ ਕਮਾਕਾਰਾਂ ਵਿੱਚ ਵਿਜੀ ਰਹਿਣ ਵਾਲੇ ਬੰਦੇ ਆਪਾਂ ਹਾਂਜੀ ਤੇ ਉਹ ਕਾਹ ਕਹਿੰਦੇ ਹੁੰਦੇ ਛ ਲਰਨ ਇਟਾਲੀਨ ਇਨ ਪੰਜਾਬੀ ਲਓ ਜੀ ਆਪਣਾ ਪੇਜ ਆ ਕਿਹੜਾ ਆਪਣਾ ਪੇਜ ਕਿਹੜਾ ਸੀ ਲਰਨ ਇਟਾਲੀਨ ਇਨ ਪੰਜਾਬੀ ਹਾਂਜੀ ਅੱਜ ਅਸੀਂ ਪੰਜਾਬੀ ਬਹਿਰ ਗਮੋ ਇਟਲੀ ਵਾਲੇ ਜਿਹੜੇ ਆ ਤੁਸੀਂ ਸ਼ਾਇਦ ਰੇਡੀਓ ਵਾਲੇ ਉਹਨਾਂ ਨਾਲ ਗੱਲ ਕੀਤੀ ਬਾਈ ਜੀ ਨਾਲ ਉਹ ਕਹਿੰਦੇ ਮੈਂ ਕਿਹਾ ਜੀ ਆਲੇ ਦੁਆਲੇ ਦੱਸਿਆ ਜਾਵੇ ਉਹ ਕਹਿੰਦੇ ਕੋਈ ਨਾ ਜੀ ਤੁਹਾਡੇ ਪੇਜ ਬਾਰੇ ਅਸੀਂ ਦੱਸ ਦਿੰਨੇ ਆ ਅਸੀਂ ਕਹਿੰਨੇ ਜਿੰਨੇ ਅੱਗੇ ਤੋਂ ਅੱਗੇ ਵਦਨ ਫੈਨ ਆਪਣੇ ਬਾਈ ਸਾਰੇ ਸਾਨੂੰ ਵਧੀਆ ਜਿੰਨੀ ਜ਼ਿਆਦਾ ਹੈਲਪ ਹੋ ਸਕੇ ਵਧੀਆ ਇੱਧਰ ਲੱਗਦਾ ਜਵਾਨ ਨੇ ਕਿਸੇ ਨੂੰ ਅੱਧੀ ਰਾਤ ਨੂੰ ਫੋਨ ਲਾ ਦਿੱਤਾ ਲਾਦਣਾ ਇਹਨੇ ਫੋਨ ਬਾਅਦ ਮੈਨੂੰ ਲੋਕਾਂ ਨੇ ਪੁੱਛਣਾ ਪਿਆ ਵੀ ਫੋਨ ਲਾ ਦਿੱਤਾ ਅੱਧੀ ਰਾਤ ਨੂੰ ਕੀ ਹੋ ਗਿਆ ਚਲੋ ਕੋਈ ਗੱਲ ਨਹੀਂ ਚਲੋ ਚੰਗਾ ਜੀ ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰਦੇ ਆ ਮੈਂ ਫਿਰ ਅਪਲੋਡ ਕਰਕੇ ਦੇਖਦੇ ਆ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੇ ਕੋਈ ਭੁੱਲ ਚੱਕੋ ਹੋਵੇ ਹੋਵੇ ਤਾਂ ਕੋਈ ਗੱਲ ਨਹੀਂ ਅਗਲੀ ਵਾਰ ਟਰਾਈ ਕਰਾਂਗੇ ਨਾ ਹੋਵੇ ਬਾਕੀ ਹੋ ਸਕਦਾ ਤੁਹਾਨੂੰ ਪਸੰਦ ਨਾ ਵੀ ਆਇਆ ਹੋਵੇ ਜਿੱਦਾਂ ਮੈਂ ਬੋਲਦਾ ਚਲੋ ਕੋਈ ਗੱਲ ਨਹੀਂ ਅਸੀਂ ਆਪਣੇ ਆਪ ਨੂੰ ਹਮੇਸ਼ਾ ਹੀ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਨਸਾਨ ਗਲਤੀਆਂ ਦਾ ਪੁੱਤਲਾ ਜੀ ਅਗਰ ਇਨਸਾਨ ਗਲਤੀ ਨਾ ਕਰੇ ਤਾਂ ਉਹ ਭਗਵਾਨ ਹੁੰਦਾ ਠੀਕ ਆ ਇਸ ਲਾਸਟ ਸਵਾਲ ਦੇ ਨਾਲ ਅਸੀਂ ਚੱਲਦੇ ਆਂ ਸਸਰੀਕਾਲ ਫੇਰ ਸਾਰਿਆਂ ਨੂੰ ਜੀ ਕਿੱਥੋਂ ਬੰਦ ਹੋਣੀ ਆ